पेश किया गया और उसनु पास भी कर दिया गया। इस वक्त मेरे नाल प्रिंसीपल बुद्ध राम जी ने बुलाडा तो जित के आए ने। प्रिंसीपल जी दूसरी बार अज जित के आए हो, पहला विरोधी धिर च बोलते सी, अज सत्ता धिर च बोले और शायरी कमाल दी सी जिहड़ी बोले हो, लाइना जिहड़ियां रखियां दुखांत जिहड़ा पंजाब दा रखिया, मता पास कर दिया गया गा, लगता कोई हुण असर भी दिखेगा इस चीज का? देखो जी गल सब तो पहला तुहाडे चैनल जरिए मैं लोगों का धन्यवाद करना चाहना, उन्होंने वोटर का सपोर्टर का साडे वर्कर का साडे पार्टी लीडर भगवंत मान जी का केजरीवाल साहब का जिन्हें दोबारा टिकट दिती असी कले कले घर तक गए पहुंच की दोबारा जित के आए और 88,000 वोट जो कि 55% वोट टोटल पोल वोटा का जिन्हें जितया मैं, सो इस करके परमात्मा का शुक्र है। तो इतने देखो पहला भी आए जी, असं पहले बोलते रहे अपोजिशन बोलते रहे, टाइम सी हरेक बजट सैशन च बोलते, जिनकि सब वड्डी गल कि मानसिक सुकून मिलता है कि असी सज्जे पासे वाले बैंचा चा जिसे असं कि पहला रास करते होंगे, सो इस करके भी सू बहुत मतलब इस करके धन्यवादी हाँ। बोलना सा फर्ज बनता है पंजाब के हितों का ध्यान रख के। एक गल मैं दसनी भुल गया कि मैं जिहड़ा कि अज बोलिया उहदे त्रिलोचन सिंह का बहुत वड्डा हत्थ है, उहदी किताब लिखी सी उन्होंने, एक मैं दसना भुल गया विधानसभा दे विच। सो काफी कुछ जो पंजाब दे साडे पंजाब दे चंडीगढ़ उजड़ियां दी दस्ता हाँ, पंजाब दे जिहड़ा पिंड सी 50 दे परगी पिंड उजाड़ के चंडीगढ़ बनिया, मैं उत्थे बोलिया सी कि जे रिपेयरिंग ला लागू हुंदा वी जिस पॉइंट टपदा उह पाणी दा हिस्सा है तो जे साडे पिंड उजड़े ने चंडीगढ़ साडा हक बनता है, मैं दसण दा मतलब ये सी। सो जो मता लिया सीएम साहब ने भगवंत मान जी ने, सो ओ मता जी असी हिमायत करते हुए सारे सरपंचां नाल पास होया, अच्छी गल है क्योंकि पंजाब जिथे भी हितां दी कोई गल होगी साडा पंजाब दे हितां नाल खड़ना साडा फर्ज बनता है, ओ असी खड़े आ। अज मता पेश कीता गया, इस तों पहलां भी जिस तरह अज जिक्र होया कि 6 वारी मते पास कीते गए पर उसका कोई असर देखण नूं नहीं मिलिया, लगता इस मते का असर देखण नूं मिलेगा? नहीं, पहलियां सरकारां दी लैकी है जी, ओ ਜਦੋਂ ਕਾਂਗਰਸ ਦਾ ਰਾਜ ਸੀ ਤੇ ਸੈਂਟਰ ਦੀ ਕਾਂਗਰਸ ਦਾ ਰਾਜ ਸੀ ਉਦੋਂ ਉਹਨਾਂ ਨੇ ਫਰਜ਼ ਮੰਨਦਾ ਸੀ ਪੰਜਾਬ ਖੇਤਰ ਦੀ ਗੱਲ ਕਰਦੇ, ਜਦੋਂ ਅਕਾਲੀਆਂ ਦਾ ਰਾਜ ਸੀ ਅਕਾਲੀਆਂ ਦੀ ਭਾਈਵਾਲ ਪਾਰਟੀ ਦਾ ਰਾਜ ਸੈਂਟਰ ਦੇ ਵਿੱਚ ਸੀਗਾ ਤਾਂ ਮਿਨਿਸਟਰੀ ਵੀ ਇਹਨਾਂ ਕੋਲ ਸੀ ਤਾਂ ਉਦੋਂ ਕਿਉਂ ਨਹੀਂ ਗੱਲ ਕੀਤੀ ਇਹਨਾਂ ਨੇ ਕਰਨੀ ਚਾਹੀਦੀ ਸੀ? ਸੋ ਉਹ ਵੱਡੀਆਂ ਦਲੇਕੀਆਂ ਹੀ ਸਾਨੂੰ ਅੱਜ ਦੇ ਮਤਲਬ ਜਿਹੜਾ ਹੈਗਾ ਇੱਥੇ ਇਹ ਕਾਲੇ ਦੌਰ 'ਚ ਲਿਆਂਦੀ ਹੈ। ਜੇ ਉਦੋਂ ਕੰਮ ਕੀਤਾ ਹੁੰਦਾ ਸ਼ਾਇਦ ਮੇਰਾ ਖਿਆਲ ਆ ਵੀ ਅੱਜ ਸਾਨੂੰ ਇਹ ਦਿਨ ਨਾ ਦੇਖਣੇ ਪੈਂਦੇ। ਸੋ ਉਹਨਾਂ ਦੀਆਂ ਦਲੇਕੀਆਂ ਵੀ ਸ਼ੋਅ ਹੁੰਦੀਆਂ ਨੇ ਤੇ ਅੱਜ ਚਲੋ ਜਿਵੇਂ ਵੀ ਹੋਇਆ ਜੇਕਰ ਪੰਜਾਬ ਦੇ ਹਿੱਤਾਂ ਸੱਟ ਵੱਜਦੀ ਹੈ ਤਾਂ ਸਾਡਾ ਫਰਜ਼ ਬਣਦਾ ਕਿ ਪੰਜਾਬੀ ਲਈ ਖੜੀਏ। ਸਾਨੂੰ 92 ਸੀਟਾਂ ਦਿੱਤੀਆਂ ਨੇ ਔਰ ਪੰਜਾਬ ਨੂੰ ਐਡਾ ਵੱਡਾ ਬਹੁਮਤ ਦਿੱਤਾ ਹੈ, ਸਾਡਾ ਪਹਿਲਾ ਫਰਜ਼ ਬਣਦਾ ਕਿ ਸਾਨੂੰ ਵਿਧਾਨ ਸਭਾ ਦੇ ਵਿੱਚ ਅਸੀਂ ਤੁਰੰਤ ਸੈਸ਼ਨ ਬੁਲਾਈਏ। ਬੁਲਾਉਣ ਤੋਂ ਬਾਅਦ ਅਸੀਂ ਸੈਸ਼ਨ ਤੋਂ ਬਾਅਦ ਜੋ ਭਗਵੰਤ ਮਾਨ ਸੀਐਮ ਸਾਹਿਬ ਸਾਡੇ ਅਗਲੇ ਦਿਸ਼ਾ ਨਿਰਦੇਸ਼ ਜਾਰੀ ਕਰਨਗੇ, ਕੋਈ ਸਟ੍ਰੈਟਜੀ ਜੋ ਵੀ ਉਹ ਮਤਲਬ ਰਣਨੀਤੀ ਤਿਆਰ ਕਰਨਗੇ ਅਸੀਂ ਉਹਦੇ ਮੁਤਾਬਕ ਜਿਹੜਾ ਹੈਗਾ ਅੱਗੇ ਕੰਮ ਕਰਾਂਗੇ। ਤੁਸੀਂ ਅੱਜ ਜ਼ਿਕਰ ਕੀਤਾ ਕਿ ਪੁਰਾਣਿਆਂ ਨੇ ਗਲਤੀਆਂ ਕੀਤੀਆਂ, ਸਜ਼ਾ ਅੱਜ ਭੁਗਤਣੀ ਪੈ ਰਹੀ ਹੈ, ਜਿਹੜੀ ਗਲਤੀ ਹੈ ਜੋ ਉਸਨੂੰ ਆਪਾਂ ਕਹਿੰਦੇ ਤ੍ਰਿਪਤ ਰਜਿੰਦਰ ਬਾਜਵਾ ਨੇ ਵੀ ਮੰਨਿਆ ਕਿ ਕਾਂਗਰਸ ਹੋਵੇ ਬੀਜੇਪੀ ਹੋਵੇ ਚਾਹੇ ਕੇਂਦਰ ਵਿੱਚ ਕੋਈ ਵੀ ਸਰਕਾਰ ਹੋਵੇ ਉਸਨੇ ਹਮੇਸ਼ਾ ਪੰਜਾਬ ਦੇ ਨਾਲ ਵਿਤਕਰਾ ਕੀਤਾ। ਬਿਲਕੁਲ ਜੀ, ਇਹਦਾ ਵਿਤਕਰਾ ਦੀਦੀ ਹੈ ਨਾ, ਜੇ ਪੰਜਾਬ ਦੇ ਵਿੱਚ ਉਹਨਾਂ ਨੇ ਸਮਝੌਤਾ ਵਾਰ ਜਾਰੀ ਕੀਤਾ ਉਹ ਵੀ ਸਾਡੇ ਪੰਜਾਬ ਦੇ ਖਿਲਾਫ, ਜੇ ਉਸ ਤੋਂ ਬਾਅਦ ਸਰਕਾਰ ਆਈ 78 ਦੇ ਵਿੱਚ ਇਸ ਚਲੋ ਟੀਚਰ ਲੱਗੇ ਹੋਏ ਸੀ ਸਭ ਜਾਣਦੇ ਆ ਉਸ ਵਕਤ ਦੇ, ਤਾਂ ਵੀ ਉਹਨਾਂ ਨੇ 1 ਕਰੋੜ ਰੁਪਇਆ ਲਿਆ ਅਕਾਲੀ ਸਰਕਾਰ ਨੇ ਦੇਵੀ ਲਾਲ ਤੋਂ। ਦੇਵੀ ਲਾਲ ਨੇ ਕਿਹਾ ਕਿ ਮੇਰਾ ਮਿੱਤਰ ਹੈ ਪ੍ਰਕਾਸ਼ ਸਿੰਘ ਬਾਦਲ, ਅਸੀਂ ਕੁਛ ਵੀ ਮਰਜ਼ੀ ਕਰਾ ਲਈਏ। ਫਿਰ 80 ਦੇ ਵਿੱਚ ਦੁਬਾਰਾ ਫਿਰ ਸਰਕਾਰ ਆਈ, ਕਾਂਗਰਸ ਸਰਕਾਰ ਆਈ, ਸਾਰੀ ਕਾਂਗਰਸ ਸਰਕਾਰਾਂ ਸੀਆਂ ਜਿਹੜਾ ਉਹ 78 ਧਾਰਾਂ ਨੂੰ ਕੈਂਸਲ ਕਰਨ ਵਾਸਤੇ ਸੁਪਰੀਮ ਕੋਰਟ ਦੇ ਵਿੱਚ ਕੀਤਾ ਸੀਗਾ, ਪਟੀਸ਼ਨ ਪਾਈ ਸੀ, ਦਰਬਾਰਾ ਸਿੰਘ ਨੇ ਉਹ ਪਟੀਸ਼ਨ ਵਾਪਸ ਲੈ ਲਈ। ਜਿਹੜਾ ਸਾਨੂੰ ਕਾਲਾ ਦੌਰ ਦੇਖਣਾ ਪਿਆ ਅੱਤਵਾਦ ਦਾ, ਉਹ ਵੀ ਇਹਨਾਂ ਦੀਆਂ ਮਾੜੀ ਨੀਤੀਆਂ ਕਰਕੇ, ਕੇਂਦਰ ਦੀਆਂ ਮਾੜੀ ਨੀਤੀਆਂ ਤੇ ਪੰਜਾਬ ਦੀ ਉਹਨਾਂ ਦੀ ਭਾਈਵਾਲ ਪਾਰਟੀ ਦੇ ਮਾੜੀ ਨੀਤੀਆਂ ਕਰਕੇ ਸੀਗਾ। ਸੋ ਕਾਫੀ ਕੁਝ ਮੇਰਾ ਖਿਆਲ ਹੈ ਵੀ ਉਹਨਾਂ ਦਾ ਕੰਮ ਜਿਹੜਾ ਹੈਗਾ ਨਾ ਉਹ ਪੰਜਾਬ ਨੂੰ ਬਚਾਉਣ ਵਾਸਤੇ ਨਹੀਂ ਸੀ, ਸਿਰਫ ਆਪਣੇ ਹਿੱਤਾਂ ਨੂੰ ਪੂਰਾ ਕਰਨਾ ਸੀਗਾ, ਆਪਣੇ ਢਿੱਡ ਪੂਰੇ ਕਰਨੇ ਸੀ। ਉਹੀ ਹਾਲ ਪਿਛਲੇ ਸਾਲ ਸਰਕਾਰਾਂ ਦਾ ਰਿਹਾ, ਹੁਣ ਲੋਕ ਸਮਝ ਗਏ ਨੇ, ਹੁਣ ਇਹਨਾਂ ਲੋਕਾਂ ਨੂੰ ਜਾਇਜ਼ ਇਹੋ ਜਿਹਾ ਕੰਮ ਨਹੀਂ ਚੱਲਦਾ ਜੋ ਦਿਲ ਚ ਹੋਵੇ ਮੂੰਹ ਚ ਹੋਰ ਹੋਵੇ। ਸੋ ਹੁਣ ਪੰਜਾਬ ਦੇ ਲੋਕ ਬਿਲਕੁਲ ਸਪਸ਼ਟ ਬਹੁਤ ਮਤਲਬ ਭਾਲਦੇ ਆ ਵੀ ਤੁਹਾਡਾ ਆਈਡੀਆ ਕੀ ਹੈ, ਤੁਹਾਡਾ ਨਜ਼ਰੀਆ ਕੀ ਹੈ। ਮਹਿੰਗਾਈ ਦਾ ਜ਼ਿਕਰ ਕੀਤਾ ਜਾਵੇ ਜੀ, ਟੋਲ ਦੇ ਰੇਟ ਅੱਜ ਤੋਂ ਵੱਧ ਗਏ ਹੈ, ਪੈਟਰੋਲ ਲਗਾਤਾਰ ਹਫ਼ਤੇ 10 ਦਿਨਾਂ ਤੋਂ ਲਗਾਤਾਰ ਵਧਦਾ ਜਾ ਰਿਹਾ ਹੈਗਾ, ਕਮਰਸ਼ੀਅਲ ਗੈਸ ਸਿਲੰਡਰ ਦੇ ਰੇਟ ਵਧਾ ਦਿੱਤੇ ਗਏ ਹੈ ਜੀ, ਕਿਸ ਤਰ੍ਹਾਂ ਦੇਖਦੇ ਹੋ ਕੇਂਦਰ ਦੇ ਵੱਲੋਂ ਲਗਾਤਾਰ ਹਰ ਚੀਜ਼ ਨੂੰ ਮਹਿੰਗਾ ਕੀਤਾ ਜਾ ਰਿਹਾ, ਇਸ ਤੋਂ ਪਹਿਲਾਂ ਦੂਸਰੇ ਸਿਲੰਡਰ ਮਹਿੰਗੇ ਕੀਤੇ? ਬਹੁਤ ਹੀ ਮਾੜੀ ਗੱਲ, ਬਹੁਤ ਹੀ ਮਾੜੀ ਗੱਲ ਹੈ ਜੀ, ਬਹੁਤ ਸਖ਼ਤ ਸ਼ਬਦਾਂ ਨਾਲ ਖੇਤੀ ਕਰਦੇ ਹਾਂ ਵੀ ਯਾਰ, ਇੱਕ ਪਾਸੇ ਗਰੀਬ ਲੋਕ ਨੇ, ਉਹਨਾਂ ਦਿਹਾੜੀ ਨਹੀਂ ਮਿਲਦੀ, ਉਹਨਾਂ ਪੈਸਾ ਨਹੀਂ, 100-200 ਤੇ ਕੀ ਬੰਦਾ ਕਰੂਗਾ? ਇੱਕ ਵਾਰ ਤੁਸੀਂ ਇੰਨੀ ਮਹਿੰਗਾਈ ਕਰ ਰਹੇ ਹੋ ਯਾਰ, ਤੁਸੀਂ ਲੋਕਾਂ ਨੂੰ ਮਤਲਬ ਜਿਵੇਂ ਗਰੀਬੀ ਹਟਾਓ ਤਾਂ ਨਾਲ ਤੁਸੀਂ ਕਿਤੇ ਇੰਦਰਾ ਗਾਂਧੀ ਨੇ, ਤੁਸੀਂ ਗਰੀਬੀ ਇਸ ਕਿਤੇ ਐਂ ਹਟਾ ਰਹੇ ਹੋ ਵੀ ਗਰੀਬਾਂ ਨੂੰ ਮਾਰੀ ਦਈਏ ਅਸੀਂ, ਇਹਦਾ ਮਤਲਬ ਗਰੀਬ ਮਰ ਜਾਣਗੇ, ਗਰੀਬੀ ਹਟ ਜਾਊਗੀ? ਇਹ ਗਲਤ ਹੈ, ਤਕਨੀਕ ਗਲਤ ਹੈ। ਤੁਸੀਂ ਕੋਈ ਜਦ ਮਹਿੰਗਾਈ ਦਾ ਘੱਟ ਕਰੋ, ਤੁਸੀਂ ਆਪਣੇ ਜਿਹੜੇ ਹੈਗੇ ਨੇ ਪਬਲਿਕ ਸੈਕਟਰ ਦੇ ਵਿੱਚ ਵਧੋ, ਨੌਕਰੀ ਜਾਰੀ ਕਰੋ, ਤੁਸੀਂ ਹਰੇਕ ਚੀਜ਼ ਦਾ ਪ੍ਰਾਈਵੇਟਕਰਨ ਕਰ ਰਹੇ ਹੋ, ਪ੍ਰਾਈਵੇਟਕਰਨ ਦੇ ਨਾਲ ਤਾਂ ਜਿਹੜੇ ਮਤਲਬ ਸਾਮਰਾਜੀ ਨੇ ਸਮਝ ਲਓ ਜਾਂ ਕਾਰਪੋਰੇਟ ਨੇ, ਉਹਨਾਂ ਦਾ ਆਪਦੇ ਹਿੱਤ ਪੂਰਨੇ ਹੈ, ਉਹ ਤੁਹਾਡੇ ਹਿੱਤਾਂ ਨੂੰ, ਇਹ ਵੈਲਫੇਅਰ ਸਟੇਟ ਦਾ
उद्देश नहीं है। वेलफेयर स्टेट का मतलब यह होंगे भी लोगों की वो भलाई भलाई पब्लिक सैक्टर डिवेलपमेंट करके पब्लिक सैक्टर इन्वेस्टमेंट करके वो हो सकती है। इस तरह नहीं होंगी जिस तरह यह सब कुछ प्राइवेटकरण किया जा रहा है। सो इन्नी महंगाई हो जाना सख्त शब्द निखेधी करते हैं और लोगों को खिलाफ उठना ही पेगा। तो मेरा ख्याल है भी ज्यादा समा मोदी सरकार नहीं रहनी जिस तरह आप वालों कोई प्रदर्शन किया जाऊगा जो इस चीज न लेकर हाले तक कोई रणनीति तैयार की नहीं। बिल्कुल जी आप तो है ही आम लोगों की आम लोगों हुई महंगाई के बाद तकलीफ है। अमीर तो फर्क नहीं पैदा अमीर तो जी लुट है होर जी है उन्होंने इना नहीं जाना गरीब मसला असर पैदा है। गरीब बंदा कितों लिया गैस सिलेंडर गरीब बंद कितों लिया दवाइया कितों लिया आटा कितों लिया दाल किमें बच्चे पढ़ाऊगा। लोग जरा अमीर है वह महंगे इलाज भी करा सकता है वह चंगे स्कूलों भी पढ़ा सकता है उन्होंने कोई ना फर्क नहीं पैदा गरीब लोगों को फर्क पैदा है। सो आम लोगों की पार्टी आम लोगों ने वोट पाके सानू बनाया है। सो आम लोगों ने तर्जमानी करना साडा फर्ज बनता है। दूजे पासे जिक्र किया जाए अज सारिया पार्टियां ने हर मैंबर ने सहयोग किया केवल बीजेपी नू छड्ड के इस मते का। देखो जी एक सप हुंदा है मैं काला नाग जिहनू कहिंदे आ बीजेपी काला नाग है बिलकुल फण चक्की खड़ा है और जो मर्जी जी का डंग मारदा है जिहड़ा बंदा सानू फण चक्की खड़ा सानू पता है पहला काले कानून वेख लिया खेतीबाड़ी दे उन्हों तो इन्हें परवाह नहीं करनी चाहिए पता है भी इन्हें हरा विरोध करना ही करना डंग मार नहीं मारना वो मर जाते कुछ नहीं होंगे परंतु होर लोग हित भी है लोग चंगे लोग भी है असी पंजाब दे 3 करोड़ लोग ने वो बीजेपी नाल नहीं है ठीक है कि तुम टांगियां भिल भुलेखे आ जाएगी अगली बार वो भी नहीं आदि। सो इन्हों का कोई परवाह नहीं असं ज्यादा करते लोगों लेके 3 करोड़ लोगों के हितों की गल करके नाल लेके असं संघर्ष करांगे। दूजे पासे देखा जाए अज जो मुख्यमंत्री पंजाब बोल रहे थे तो राणा इंद्र प्रताप ने विच बोलने की कोशिश की हालांकि उस तो बाद उन्होंने बाहर भी कट दिता गया नेम कर दिता गया सदन दे विच माड़ी गल हुई माड़ी गल हुई तो सारों वड बेइज्जती उन्होंने पिता बैठे थे मैं नहीं कहता असीं सम्मान करते हैं वधिया वह रखते ने एडे बड़े इंडस्ट्रियलिस्ट ने इस तरह का व्यवहार उसका पुत करूगा तो पिता का भी नाल मतलब ना आउंदा है। सो मेरा ख्याल है भी उन्होंने कुछ सिखाया ही नहीं गया चंगी गल जे संस्कार होंगे पता होंगे मेरा पिता बैठा जा पिता समान दूजे बैठे ने बराबर दे लीडर बैठे ने तो एक सीएम नु एक लीडर ऑफ द हाउस नु इस तरह गल कहनी जा फिर भी हंकड़ रखनी यार हंकार किसा की टंडिया ने किसी ने जे किसी पंजाबी दी कहावत है साडे इलाके दी मालवे विच कहिंदे जे किसी दी मैस दी पूंछ वड्डी है ना वह अपनी मक्खियां आप झलदी है दूजे नु फर्क नहीं पैंदा जा तेरे को पैसा तेरे को कोई इंडस्ट्री है तेरे वास्ते साडे वास्ते की मतलब लोगों चंगा व्यवहार करोगे अज उहदी बदनामी हुंदी इस गल दी लोग देखदे ने भी यार इस तरह भी बंदा हुंदा है। पहले बार अज मैडन स्पीच कहिंदे इहनू इंग्लिश दे विच भी पहली स्पीच सी बंदे नवें बंदे दी ते अपनी पहली स्पीच दे विच अपना जुलूस कढ गया इहनू बदनामी उसे दी होई आ अगे तो पता लग्गिया भी किहा जा बंदा पहले दिन दे व्यवहार तों पता लग्गिया कि ठीक नहीं लग्गा। हां बिलकुल बिलकुल जी बिलकुल कोई खास गल नहीं है तो इस करके इह अपने अपना जिहड़ा किरदार बनाउणा हुंदा है अपना जिहड़ा मतलब अगे वधणा हुंदा है मतलब जो रफ्तार गुफ्तार दस्तार बनता है भी तुम कि व्यवहार कर रहे हो। बहुत बहुत धन्यवाद थैंक यू जी। सो प्रिंसीपल बुधराम जी गल कर रहे थे जेडे बुलाडा तो